ਸੱਚਖੰਡ ਵਾਸੀ ਬਿਸ਼ਨ ਸਿੰਘ ਇੰਸਾ ਦੀ ਦੂਜੀ ਬਰਸੀ ਸਮਾਣਾ ਦੇ ਨਾਮ ਚਰਚਾ ਘਰ ਵਿਖੇ ਹੋਈ। ਇਸ ਨਾਮ ਚਰਚਾ ਵਿੱਚ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਪ੍ਰੇਮੀ ਬਿਸ਼ਨ ਸਿੰਘ ਇੰਸਾ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸਾਧ ਸੰਗਤ ਨੇ ਸ਼ਰਧਾਂਜਲੀ ਦਿੰਦਿਆਂ ਪ੍ਰੇਮੀ ਬਿਸ਼ਨ ਸਿੰਘ ਦੀ ਤਰ੍ਹਾਂ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹੇਗੀ। ਇਸ ਮੌਕੇ ਡੇਰਾ ਸੱਚਾ ਸੌਦਾ ਤੋਂ 45 ਮੈਂਬਰ ਨੇ ਵੀ ਪ੍ਰੇਮੀ ਬਿਸ਼ਨ ਸਿੰਘ ਇੰਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਤੁਹਾਨੂੰ ਦੱਸ ਦਈਏ ਕਿ ਪ੍ਰੇਮੀ ਬਿਸ਼ਨ ਸਿੰਘ ਇੰਸਾ 25 ਅਗਸਤ 2017 ਨੂੰ ਹਜ਼ੂਰ ਪਿਤਾ ਜੀ ਦੀ ਦਰਸ਼ਨ ਕਰਨ ਲਈ ਪੰਚਕੂਲਾ ਗਏ ਸੀ, ਜਿੱਥੇ ਕਿ ਅਚਾਨਕ ਕੁਝ ਗਲਤ ਅਨਸਰਾਂ ਵੱਲੋਂ ਹਿੰਸਾ ਕਰਨ ਤੋਂ ਬਾਅਦ ਪੰਚਕੂਲਾ ਪੁਲਿਸ ਨੇ ਇੱਕ ਪੈਮਾਨੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਉਸ ਦੌਰਾਨ ਬਿਸ਼ਨ ਸਿੰਘ ਇੰਸਾ ਨੂੰ ਡੂੰਘੀਆਂ ਸੱਟਾਂ ਵੱਜੀਆਂ ਤੇ PGI ਵਿੱਚ ਇਲਾਜ ਦੌਰਾਨ 25 ਅਗਸਤ 2018 ਨੂੰ ਮਾਲਕ ਦੇ ਚਰਨਾਂ ਵਿੱਚ ਜਾ ਵਿਰਾਜੇ। ਇਸ ਮੌਕੇ ਪ੍ਰੇਮੀ ਬਿਸ਼ਨ ਲਾਲ ਇੰਸਾ ਦੀ ਯਾਦ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਪੌਦਾ ਰੋਪਣ ਵੀ ਕੀਤਾ ਗਿਆ। ਪ੍ਰੇਮੀ ਬਿੰਦਰ ਸਿੰਘ ਦਾ ਬੇਟਾ ਬਿਸ਼ਨ ਸਿੰਘ, ਜੋ ਕਿ ਅਮਰ ਸ਼ਹੀਦ ਸਾਡੇ ਇਸ ਐਪੀਸੋਡ ਦੇ ਵਿੱਚ ਹੋਇਆ, ਇਹ ਪਰਿਵਾਰ ਬਹੁਤ ਪੁਰਾਣਾ ਪਰਿਵਾਰ ਡੇਰੇ ਨਾਲ ਜੁੜਿਆ ਹੋਇਆ। ਪ੍ਰੇਮੀ ਬਿਸ਼ਨ ਸਿੰਘ ਅਣਥੱਕ ਸੇਵਾਦਾਰ ਸੀ। ਜਦੋਂ ਵੀ ਕਿਤੇ ਲੋੜ ਪੈਂਦੀ, ਅਸੀਂ ਇਹਨੂੰ ਕਿ ਮਾਨਵਤਾ ਭਲਾਈ ਦੇ ਕੰਮ ਵਾਸਤੇ ਕਹਿੰਦੇ, ਤਾਂ ਸਾਰੇ ਸਾਡੇ ਜਿਹੜੇ ਸੇਵਾਦਾਰ ਤੇ ਉਹਨਾਂ ਤੋਂ ਅੱਗੇ ਹੋ ਕੇ ਇਹ ਸੇਵਾ ਕਰਦਾ ਸੀ। ਇਹ ਪਰਿਵਾਰ ਵੀ ਬਹੁਤ ਸੇਵਾਦਾਰ ਹੈ। ਜਦੋਂ ਵੀ ਕਿਤੇ ਲੋੜ ਪੈਂਦੀ ਇਸ ਪਰਿਵਾਰ ਦੀ ਮਾਨਵਤਾ ਭਲਾਈ 'ਚ, ਜਿਸ ਤਰ੍ਹਾਂ ਕਿ 2009 ਦੇ ਵਿੱਚ ਫਲੱਡ ਆਇਆ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ, ਡੰਗਰ ਪਸ਼ੂ ਚਾਹੇ ਭੁੱਖੇ ਮਰ ਰਹੇ ਸੀ, ਤਾਂ ਰੁੱਦਾ ਸਿੰਘ ਨੂੰ ਅਸੀਂ ਜੋ ਸੁਨੇਹਾ ਲਾਇਆ, ਰੁੱਦਾ ਸਿੰਘ ਨੇ ਸਾਡੇ ਨਾਲ ਜਾ ਕੇ ਇਹਨਾਂ ਦਾ ਪਰਿਵਾਰ ਸਾਰਾ ਰਲ ਮਿਲ ਕੇ ਉੱਥੇ ਬਹੁਤ ਇਹਨਾਂ ਨੇ ਸੇਵਾ ਕੀਤੀ। ਇੱਕ ਪਰਿਵਾਰ ਧੰਨ ਹੈ, ਧੰਨ ਕਹਿਣ ਯੋਗ ਹੈ। ਅਸੀਂ ਪ੍ਰੇਮੀ ਬਿਸ਼ਨ ਸਿੰਘ ਨੂੰ ਸਲੂਟ ਕਰਦੇ ਹਾਂ, ਕਿਉਂਕਿ ਐਸੇ ਪੁੱਤਰ ਹਰ ਇੱਕ ਘਰ ਵਿੱਚ ਨਹੀਂ ਪੈਦਾ ਹੁੰਦੇ। ਕਿਉਂਕਿ ਮੇਰੇ ਪ੍ਰਭਾਵ ਮਸਤਾਨਾ ਜੀ ਮਹਾਰਾਜ ਦੇ ਬਚਨ ਨੇ, 3 ਮਾਵਾਂ ਕੋ ਪੜ੍ਹਨ ਕੀੜੇ, ਜਿਨਕੇ ਪੁੱਤਰ ਨਹੀਂ ਜਪਦੇ ਨਾਮ। ਇਸ ਨਾਮ ਜਪਣ ਦੀ ਬਜਾਏ ਇਹਨਾਂ ਦਾ ਮਾਨਵਤਾ ਭਲਾਈ ਦੇ ਵਿੱਚ ਆਪਣਾ ਸਰੀਰ ਲਿਖੇ ਲਾਇਆ। ਇਹ ਪਰਿਵਾਰ ਧੰਨ ਕਹਿਣ ਯੋਗ ਹੈ ਜੀ, ਧੰਨ ਕਹਿਣ ਯੋਗ।